ਕੀ ਗੱਲ ਕੀ ਹੋਈ? ਕੋਈ ਨਹੀਂ, ਇਹੀ ਇਹ ਛੱਤ ਮੀਂਹ ਪੈਂਦਾ ਹੀ ਚਾਹੁੰਦੀ ਸੀ, ਤੇ ਬਾਲਾ ਇੱਕ ਅੱਧਾ ਤਿੜਕਿਆ ਸੀ ਤੇ ਇਹ ਆ ਕੇ ਮੇਰੇ ਕੋਲ ਇੱਟ ਖੜੀ ਆ, ਤੇ ਛੱਤ ਵਹਿੰਦੇ ਵਹਿੰਦੇ ਸਾਡੇ ਡਿੱਗ ਗਈ। ਆਪਾਂ ਦੋਵੇਂ ਜੀ ਅੰਦਰ ਸੀ, ਸਾਡਾ ਕਾਕਾ ਬਾਹਰ ਸੀ, ਅਸੀਂ ਪਹਿਲੇ ਬਾਹਰ ਭੇਜਤਾ ਸੀ, ਤੇ ਵਹਿੰਦੇ ਵਹਿੰਦੇ ਛੱਤ ਸਾਡੇ ਥੱਲੇ ਆ ਗਈ। ਇਹ ਸੋ ਛੱਤ ਥੱਲੇ ਨਿਕਲ ਗਏ, ਮੈਂ ਅੰਦਰ ਹੀ ਚੀਕਾਂ ਮਾਰਦੀ ਪਈ ਵੀ ਕਿਤੇ ਇਹ ਥੱਲੇ ਆ ਗਏ ਛੱਤ ਦੇ। ਕਿਆ ਸੱਟ ਸੁੱਟ ਤਾਂ ਹਾਂ ਲੱਗੀ? ਨਹੀਂ, ਸੱਟ ਨਹੀਂ ਕਿਸੇ ਦੇ ਲੱਗੀ, ਬਸ ਵੀ ਇਹੀ ਜਿਹੜਾ ਨੁਕਸਾਨ ਹੋ ਗਿਆ, ਸਿਲੰਡਰ ਸਲੁੰਡਰ ਸਭ ਕੁਝ ਟੁੱਟ ਗਿਆ, ਭਾਂਡੇ ਟੁੱਟ ਗਏ ਆ। ਹੁਣ ਕਿਸ ਤਰ੍ਹਾਂ ਰਹਿ ਰਹੇ, ਕਿੱਥੇ ਰਹਿ ਰਹੇ? ਹੁਣ ਆਪਾਂ ਜਠਾਣੀ ਦੇ ਘਰ ਰਹਿੰਦੇ ਪਏ, ਉਧਰੋਂ ਹੀ ਰੋਟੀ ਖਾਂਦੇ ਪਏ। ਤੇ ਕੀ ਮੰਗ ਕਰਦੇ ਨੇ? ਮੰਗ ਸਾਡੀ ਇਹੀ ਹੈ ਕਿ ਸਾਡੀ ਛੱਤ ਪਾ ਕੇ ਦਿੱਤੀ ਜਾਵੇ। ਨਹੀਂ ਸੋਚੀ ਕੀ ਗੱਲ ਹੋਈ? ਇਹ ਜੀ ਰਾਤ ਛੱਤ ਡਿੱਗੀ ਹੈ ਜੀ 7:15 ਵਜੇ। ਤੇ ਕੌਣ ਕੌਣ ਹੀ ਘਰ ਤੇ? ਮੈਂ ਸੀ, ਮੇਰੇ ਵਾਈਫ ਸੀਗੀ, ਜੋ ਕਿ ਬੱਚੇ ਨੂੰ ਬਾਹਰ ਭੇਜਤਾ ਸੀਗਾ, ਵੀ ਥੋੜਾ ਜਿਹਾ ਸ਼ੱਕ ਸੀਗਾ ਵੀ ਛੱਤ ਥੱਲੇ ਗਿਰਨ ਵਾਲੀ ਆ, ਤੇ ਮੇਰੀ ਘਰ ਦੀ ਨੇ ਨਾਲ ਹੀ ਬੱਚੇ ਨੂੰ ਬਾਹਰ ਭੇਜਤਾ ਵੀ ਤੂੰ ਉਧਰ ਚਲੇ ਜਾ। ਤੇ ਜਦੋਂ ਕਿ ਚੰਨ ਦੇਵਤਾ ਤੱਕ ਮੈਂ ਆਇਆ ਵਾਂ ਥੋੜੇ ਦੇਰ ਤੱਕ, ਵੀ ਉਸ ਟਾਈਮ ਥੋੜਾ ਜਿਹਾ ਬਾਲਾ ਕਿਰਕਿਆ ਸੀ ਜਿਹਦੇ ਵਿੱਚੋਂ ਮੈਨੂੰ ਸ਼ੱਕ ਸੀਗਾ ਵੀ ਇਹ ਥੱਲੇ ਆਊਗੀ। ਉਹ ਮੇਰੇ ਦੇਖਦੇ ਦੇਖਦੇ ਹੀ ਇੱਕ ਬਾਲਾ ਗਿਰਿਆ, ਮੁੜ ਕੇ ਦੂਜਾ ਗਿਰਿਆ, ਮੁੜ ਕੇ ਸਾਰੀ ਛੱਤ ਗਿਰ ਗਈ, ਜੋ ਕਿ ਮੈਂ ਛੱਤ ਤੋਂ ਹੇਠਾਂ ਥੱਲੇ ਲੰਘ ਕੇ ਗਿਆ। ਛੱਤ ਦੇ ਥੱਲੇ ਨਹੀਂ, ਸੱਟ ਨਹੀਂ ਲੱਗੀ। ਕੀ ਮੰਗ ਕਰਦੇ? ਮੰਗ ਇਹੀ ਸਮਾਜ ਸੇਵਾ ਕੋ ਮੰਗ ਇਹੀ ਕੀਤੀ ਜਾਵੇ, ਮੈਨੂੰ ਕੋਈ ਲੈਂਟਰ ਦਾ ਕੋਈ ਲਾਲਚ ਨਹੀਂ ਆ, ਜਿੱਦਾਂ ਦੀ ਅਸੀਂ ਬਾਲੇ ਦੇ ਛੱਤ ਦੇ ਵਿੱਚ ਰਹਿੰਦੇ, ਸਾਨੂੰ ਇਹੀ ਪਾਈ ਜਾਵੇ। ਕੀ ਗੱਲ ਕੀ ਹੋਈ? ਗੱਲ ਕੋਈ ਨਹੀਂ, ਇਹੀ ਇਹ ਛੱਤ ਮੀਂਹ ਪੈਂਦਾ ਹੀ ਚਾਹੁੰਦੀ ਸੀ, ਤੇ ਬਾਲਾ ਇੱਕ ਅੱਧਾ ਤਿੜਕਿਆ ਸੀ ਤੇ ਇਹ ਆ ਕੇ ਮੇਰੇ ਕੋਲ ਇੱਟ ਖੜੀ ਆ, ਤੇ ਛੱਤ ਵਹਿੰਦੇ ਵਹਿੰਦੇ ਸਾਡੇ ਡਿੱਗ ਗਈ। ਆਪਾਂ ਦੋਵੇਂ ਜੀ ਅੰਦਰ ਸੀ, ਸਾਡਾ ਕਾਕਾ ਬਾਹਰ ਸੀ, ਅਸੀਂ ਪਹਿਲੇ ਬਾਹਰ ਭੇਜਤਾ ਸੀ, ਤੇ ਵਹਿੰਦੇ ਵਹਿੰਦੇ ਛੱਤ ਸਾਡੇ ਥੱਲੇ ਆ ਗਈ। ਇਹ ਸੋ ਛੱਤ ਥੱਲੇ ਨਿਕਲ ਗਏ, ਮੈਂ ਅੰਦਰ ਹੀ ਚੀਕਾਂ ਮਾਰਦੀ ਪਈ ਵੀ ਕਿਤੇ ਇਹ ਥੱਲੇ ਆ ਗਏ ਛੱਤ ਦੇ। ਕਿਆ ਸੱਟ ਸੁੱਟ ਤਾਂ? ਹਾਂ ਨਹੀਂ, ਸੱਟ ਨਹੀਂ ਕਿਸੇ ਦੇ ਲੱਗੀ, ਬਸ ਵੀ ਇਹੀ ਜਿਹੜਾ ਨੁਕਸਾਨ ਹੋ ਗਿਆ, ਸਿਲੰਡਰ ਸਲੁੰਡਰ ਸਭ ਕੁਝ ਟੁੱਟ ਗਿਆ, ਭਾਂਡੇ ਟੁੱਟ ਗਏ ਆ। ਹੁਣ ਕਿਸ ਤਰ੍ਹਾਂ ਰਹਿ ਰਹੇ, ਕਿੱਥੇ ਰਹਿ ਰਹੇ? ਹੁਣ ਆਪਾਂ ਜਠਾਣੀ ਦੇ ਘਰ ਰਹਿੰਦੇ ਪਏ, ਉਧਰੋਂ ਹੀ ਰੋਟੀ ਖਾਂਦੇ ਪਏ। ਕੀ ਮੰਗ ਕਰਦੇ ਨੇ? ਮੰਗ ਸਾਡੀ ਇਹੀ ਹੈ ਕਿ ਸਾਡੀ ਛੱਤ ਪਾ ਕੇ ਦਿੱਤੀ ਜਾਵੇ। ਨਹੀਂ ਸੋਚੀ ਕੀ ਗੱਲ ਹੋਈ? ਇਹ ਜੀ ਰਾਤ ਛੱਤ ਡਿੱਗੀ ਹੈ ਜੀ 7:15 ਵਜੇ। ਤੇ ਕੌਣ ਕੌਣ ਹੀ ਘਰ ਤੇ? ਮੈਂ ਸੀ, ਮੇਰੇ ਵਾਈਫ ਸੀਗੀ, ਜੋ ਕਿ ਬੱਚੇ ਨੂੰ ਬਾਹਰ ਭੇਜਤਾ ਸੀਗਾ, ਵੀ ਥੋੜਾ ਜਿਹਾ ਸ਼ੱਕ ਸੀਗਾ ਵੀ ਛੱਤ ਥੱਲੇ ਗਿਰਨ ਵਾਲੀ ਆ, ਤੇ ਮੇਰੀ ਘਰ ਦੀ ਨੇ ਨਾਲ ਹੀ ਬੱਚੇ ਨੂੰ ਬਾਹਰ ਭੇਜਤਾ ਵੀ ਤੂੰ ਉਧਰ ਚਲੇ ਜਾ। ਤੇ ਜਦੋਂ ਕਿ ਚੰਨ ਦੇਵਤਾ ਤੱਕ ਮੈਂ ਆਇਆ ਵਾਂ ਥੋੜੇ ਦੇਰ ਤੱਕ, ਵੀ ਉਸ ਟਾਈਮ ਥੋੜਾ ਜਿਹਾ ਬਾਲਾ ਕਿਰਕਿਆ ਸੀ ਜਿਹਦੇ ਵਿੱਚੋਂ ਮੈਨੂੰ ਸ਼ੱਕ ਸੀਗਾ ਵੀ ਇਹ ਥੱਲੇ ਆਊਗੀ। ਉਹ ਮੇਰੇ ਦੇਖਦੇ ਦੇਖਦੇ ਹੀ ਇੱਕ ਬਾਲਾ ਗਿਰਿਆ, ਮੁੜ ਕੇ ਦੂਜਾ ਗਿਰਿਆ, ਮੁੜ ਕੇ ਸਾਰੀ ਛੱਤ ਗਿਰ ਗਈ, ਜੋ ਕਿ ਮੈਂ ਛੱਤ ਤੋਂ ਹੇਠਾਂ ਥੱਲੇ ਲੰਘ ਕੇ ਗਿਆ। ਛੱਤ ਦੇ ਥੱਲੇ ਨਹੀਂ, ਸੱਟ ਨਹੀਂ ਲੱਗੀ। ਕੀ ਮੰਗ ਕਰਦੇ? ਮੰਗ ਇਹੀ ਸਮਾਜ ਸੇਵਾ ਕੋ ਮੰਗ ਇਹੀ ਕੀਤੀ ਜਾਵੇ, ਮੈਨੂੰ ਕੋਈ ਲੈਂਟਰ ਦਾ ਕੋਈ ਲਾਲਚ ਨਹੀਂ ਆ, ਜਿੱਦਾਂ ਦੀ ਅਸੀਂ ਬਾਲੇ ਦੇ ਛੱਤ ਦੇ ਵਿੱਚ ਰਹਿੰਦੇ, ਸਾਨੂੰ ਇਹੀ ਪਾਈ ਜਾਵੇ। ਕੀ ਗੱਲ ਕੀ ਹੋਈ? ਗੱਲ ਕੋਈ ਨਹੀਂ, ਇਹੀ ਇਹ ਛੱਤ ਮੀਂਹ ਪੈਂਦਾ ਹੀ ਚਾਹੁੰਦੀ ਸੀ, ਤੇ ਬਾਲਾ ਇੱਕ ਅੱਧਾ ਤਿੜਕਿਆ ਸੀ ਤੇ ਇਹ ਆ ਕੇ ਮੇਰੇ ਕੋਲ ਇੱਟ ਖੜੀ ਆ, ਤੇ ਛੱਤ ਵਹਿੰਦੇ ਵਹਿੰਦੇ ਸਾਡੇ ਡਿੱਗ ਗਈ। ਆਪਾਂ ਦੋਵੇਂ ਜੀ ਅੰਦਰ ਸੀ, ਸਾਡਾ ਕਾਕਾ ਬਾਹਰ ਸੀ, ਅਸੀਂ ਪਹਿਲੇ ਬਾਹਰ ਭੇਜਤਾ ਸੀ, ਤੇ ਵਹਿੰਦੇ ਵਹਿੰਦੇ ਛੱਤ ਸਾਡੇ ਥੱਲੇ ਆ ਗਈ। ਇਹ ਸੋ ਛੱਤ ਥੱਲੇ ਨਿਕਲ ਗਏ, ਮੈਂ ਅੰਦਰ ਹੀ ਚੀਕਾਂ ਮਾਰਦੀ ਪਈ ਵੀ ਕਿਤੇ ਇਹ ਥੱਲੇ ਆ ਗਏ ਛੱਤ ਦੇ। ਕਿਆ ਸੱਟ ਸੁੱਟ? ਹਾਂ ਨਹੀਂ, ਸੱਟ ਨਹੀਂ ਕਿਸੇ ਦੇ ਲੱਗੀ, ਬਸ ਵੀ ਇਹੀ ਜਿਹੜਾ ਨੁਕਸਾਨ ਹੋ ਗਿਆ, ਸਿਲੰਡਰ ਸਲੁੰਡਰ ਸਭ ਕੁਝ ਟੁੱਟ ਗਿਆ, ਭਾਂਡੇ ਟੁੱਟ ਗਏ ਆ। ਹੁਣ ਕਿਸ ਤਰ੍ਹਾਂ ਰਹਿ ਰਹੇ, ਕਿੱਥੇ ਰਹਿ ਰਹੇ? ਹੁਣ ਆਪਾਂ ਜਠਾਣੀ ਦੇ ਘਰ ਰਹਿੰਦੇ ਪਏ, ਉਧਰੋਂ ਹੀ ਰੋਟੀ ਖਾਂਦੇ ਪਏ। ਕੀ ਮੰਗ ਕਰਦੇ ਨੇ? ਮੰਗ ਸਾਡੀ ਇਹੀ ਹੈ ਕਿ ਸਾਡੀ ਛੱਤ ਪਾ ਕੇ ਦਿੱਤੀ ਜਾਵੇ। ਨਹੀਂ ਸੋਚੀ ਕੀ ਗੱਲ ਹੋਈ? ਇਹ ਜੀ ਰਾਤ ਛੱਤ ਡਿੱਗੀ ਹੈ ਜੀ 7:15 ਵਜੇ। ਤੇ ਕੌਣ ਕੌਣ ਹੀ ਘਰ ਤੇ? ਮੈਂ ਸੀ, ਮੇਰੇ ਵਾਈਫ ਸੀਗੀ, ਜੋ ਕਿ ਬੱਚੇ ਨੂੰ ਬਾਹਰ ਭੇਜਤਾ ਸੀਗਾ, ਵੀ ਥੋੜਾ ਜਿਹਾ ਸ਼ੱਕ ਸੀਗਾ ਵੀ ਛੱਤ ਥੱਲੇ ਗਿਰਨ ਵਾਲੀ ਆ, ਤੇ ਮੇਰੀ ਘਰ ਦੀ ਨੇ ਨਾਲ ਹੀ ਬੱਚੇ ਨੂੰ ਬਾਹਰ ਭੇਜਤਾ ਵੀ ਤੂੰ ਉਧਰ ਚਲੇ ਜਾ।
ਤੇ ਜਦੋਂ ਕਿ ਚੰਨ ਦੇਵਤਾ ਤੱਕ ਮੈਂ ਆਇਆ ਵਾਂ ਥੋੜ੍ਹੇ ਦੇਰ ਤੱਕ ਵੀ ਉਸ ਟਾਈਮ ਥੋੜ੍ਹਾ ਜਿਹਾ ਬਾਲਾ ਕਿਰਕਿਆ ਸੀ ਜਿਹਦੇ ਵਿੱਚੋਂ ਮੈਨੂੰ ਸ਼ੱਕ ਸੀਗਾ ਵੀ ਇਹ ਥੱਲੇ ਆਊਗੀ। ਉਹ ਮੇਰੇ ਦੇਖਦੇ ਦੇਖਦੇ ਹੀ ਇੱਕ ਬਾਲਾ ਗਿਰਿਆ, ਮੁੜ ਕੇ ਦੂਜਾ ਗਿਰਿਆ, ਮੁੜ ਕੇ ਸਾਰੀ ਛੱਤ ਗਿਰ ਗਈ ਜੋ ਕਿ ਮੈਂ ਛੱਤ ਦਿਉ ਹੇਠਾਂ ਥੱਲੇ ਲੰਘ ਕੇ ਗਿਆ। ਛੱਤ ਦੇ ਥੱਲੇ ਨਹੀਂ, ਸੱਟ ਨਹੀਂ ਲੱਗੀ। ਮੰਗ ਇਹੀ ਸਮਾਜ ਸੇਵਾ ਕੋ ਮੰਗ ਇਹੀ ਕੀਤੀ ਜਾਵੇ, ਮੈਨੂੰ ਕੋਈ ਲੈਂਟਰ ਦਾ ਕੋਈ ਲਾਲਚ ਨਹੀਂ ਆ, ਜਿੱਦਾਂ ਦੀ ਅਸੀਂ ਬਾਲੇ ਦੇ ਛੱਤ ਦੇ ਵਿੱਚ ਰਹਿੰਦੇ ਸਾਨੂੰ ਇਹੀ ਪਾਈ ਜਾਵੇ।